गतके नू गतका रहन दियो, गतके नू बाजीगरी दा तमाशा ना बनाओ। आम करके अजकल बाजीगरी दा तमाशा बना दिता गतके नू, तूपां तोड़ दियां, अग लानी, मूंह दे विच तेल पा के, ए गतके दा प्रदर्शन नहीं मुड़ के केस भी सड़दे है। कान लै के नारियल तोड़ने, वो पिछे जी एक वेख्या सी नारियल तोड़दे सिंह दे मत्थे दे उत्ते ही कण मार दिता सी। देव ने तो शुकर है भी उन्हूं कुछ होया नहीं। मोटरसाइकल मोढ़ियां दे नाल बन के सज्जे खब्बे चलाउणे, ये गतके का प्रदर्शन नहीं है, ये शस्त्र विद्या नहीं है, ये बाजीगरी का तमाशा है। जां तुसी बाणा ला के वह बाजीगरी का तमाशा करो फिर कोई आपत्ति नहीं है, पर तुसी गतके दे नां दे उत्ते एदां दे तमाशे विखाउंदे जे, ये तमाशे जेडे ने गतके दे नां दे उत्ते लोकां विच ना परोसो। बकायदा पिछे श्री अकाल तख्त साहब तो यह बकायदा हुक्मनामियां भी जारी होया, पर फिर भी गतका टीमां जिहड़ियां ने गतका खेडण वाले जिहड़े वीर ने वह बाद नहीं आउंदे। अकाल तख्त साहब तो बकायदा हुक्म है कि केवल गतका प्रदर्शन जिहड़ी साडी पुरातन विद्या है उसे का प्रचार प्रसार करना है। इदां दे नूं स्टंट कहिंदे आ, कहिंदे स्टंटबाजियां नहीं करनियां, यह साडा काम नहीं। जिन्हां दा है उन्हां नूं सोभे, खालसे पंथ दा काम है न्यारा रहना। जब लग खालसा रह न्यारा, तब लग तेज दियो मैं सारा। टीवियां दे उत्ते झूठियां शोहरतां प्राप्त करन वास्ते वह शस्त्र विद्या दा जलूस कढ रहे ने, कदे दुमाले लै जांदे आ सिरां दे उत्तों खेडदिआं, ते मोटरसाइकल दुमालिआं दे उत्तों दी कढणे, सिरां दे उत्तों दी कढणे, इह शस्त्र विद्या नहीं है भाई, सुचेत होवो। ਇੱਦਾਂ ਦੀ ਜਦੋਂ ਵਿਦਿਆ ਜਦੋਂ ਗਤਕਾ ਖੇਡਦੇ ਆ ਨਾ, ਇੱਦਾਂ ਦਾ ਸਟੰਟ ਵਗੈਰਾ ਕਰਦੇ ਆ, ਤੇ ਫਿਰ ਜਿਹੜੀਆਂ ਕਈ ਵੀਰ ਬੁਲਾਉਂਦੇ ਆ ਨਾ ਟੀਮਾਂ, ਉਹ ਫਿਰ ਕਹਿੰਦੇ ਸਾਨੂੰ ਜੀ ਉਹ ਸਟੰਟ ਵੀ ਵਿਖਾਉਣੇ ਆ, ਤੇ ਗਤਕਾ ਟੀਮਾਂ ਨੇ ਆਪੋ ਵੱਖਰੇ ਵੱਖਰੇ ਰੇਟ ਰੱਖੇ ਹੁੰਦੇ ਆ ਵੀ ਜੇ ਉਹ ਸਟੰਟ ਵੇਖਣੇ ਆ, ਟੂਪਾਂ ਤੋੜਨੀਆਂ ਜਾਂ ਅੱਗ ਕੱਟਣੀਆਂ, ਆ ਸਿੱਲੀਆਂ ਤੋੜਦੀਆਂ ਨੇ ਬਰਫ਼ ਦੀਆਂ, ਜਾਂ ਸਰੀਏ ਮੋਸਣੇ ਨੇ ਗਰਦਨ ਦੇ ਨਾਲ, ਤੇ ਜੀ ਉਹਦੇ ਵਾਸਤੇ ਫਿਰ ਸਾਡਾ ਵੱਖਰਾ ਐਕਸਟਰਾ ਚਾਰਜ ਹੋਵੇ। ਤੇ ਜਿਹੜੇ ਵਧੀਆ ਗਤਕਾ ਖੇਡਣ ਵਾਲੇ ਸਿੰਘ ਹੁੰਦੇ ਆ ਉਹਨਾਂ ਨੂੰ ਪਿੱਛੇ ਕਰ ਦਿੰਦੇ, ਜੇ ਇਹਨਾਂ ਨੂੰ ਤਾਂ ਸਟੰਟ ਨਹੀਂ ਆਉਂਦੇ ਤਾਂ ਬਸ ਤਲਵਾਰ ਘੁਮਾਉਂਦੇ ਆ ਜਾਂ ਸੋਟੀ ਫਿਰ ਸੋਟੀ ਲਾਉਂਦੇ ਆ ਜਾਂ ਡਾਂਗ ਖੇਡਦੇ ਆ ਜੀ, ਜਾਂ ਉਹ ਕਹਿੰਦੇ ਇਹ ਥੋੜੀ ਵਿੱਦਿਆ ਉਹ ਹੈ ਜਿਹੜੀਆਂ ਉਹ ਟੂਪਾਂ ਤੋੜਦੇ। ਉਹ ਜਿਹੜੇ ਚੰਗੇ ਸਿੰਘ ਗਤਕਾ ਖੇਡਣ ਵਾਲੇ ਨੇ ਉਹਨਾਂ ਨੂੰ ਫਿਰ ਪਿੱਛੇ ਕਰ ਦਿੱਤਾ ਜਾਂਦਾ। ਇਸ ਕਰਕੇ ਵੀਰੋ ਇਹ ਸ਼ਸਤਰ ਵਿੱਦਿਆ ਹੈ ਗੁਰੂ ਕਲਗੀ ਗੁਰੂ ਹਰਗੋਬਿੰਦ ਸਾਹਿਬ ਦੀ ਵਿੱਦਿਆ ਹੈ, ਛੇਵੇਂ ਪਾਤਸ਼ਾਹ ਨੇ ਦਿੱਤੀ ਆਪਣੇ ਸਿੱਖਾਂ ਨੂੰ ਜਿਹੜੀ ਇਹ ਸ਼ਸਤਰ ਵਿੱਦਿਆ, ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਤੋਂ ਆਈ ਹੈ ਪੰਥ ਦੇ ਵਿੱਚ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਖਸ਼ੀ ਹੋਈ ਇਸ ਵਿੱਦਿਆ ਦਾ ਨਿਰਾਦਰ ਨਾ ਕਰੋ ਭਰਾਵੋ, ਮਹਾਰਾਜ ਜੀ ਦੀ ਇਸ ਵਿੱਦਿਆ ਦਾ ਸਤਿਕਾਰ ਕਰੋ। ਕਲਗੀਧਰ ਪਾਤਸ਼ਾਹ ਕਹਿ ਰਹੇ ਨੇ ਆਯੁਧ ਵਿੱਦਿਆ ਕੋ ਅਭਿਆਸੋ, ਹੇ ਭਾਈ ਸ਼ਸਤਰ ਵਿੱਦਿਆ ਦਾ ਅਭਿਆਸ ਕਰੋ। ਇਹ ਟੂਪਾਂ ਕਿਹੜੇ ਸ਼ਸਤਰ ਵਿੱਚ ਆਉਂਦੀਆਂ ਨੇ ਭਾਈ, ਜਿਹੜੇ ਆ ਸਰੀਏ ਮੋਸਦੇ ਹੋ ਤੁਸੀਂ ਗਲਾਂ ਦੇ ਨਾਲ, ਇਹ ਕਿਹੜੀ ਵਿੱਦਿਆ ਹੈ ਭਾਈ, ਜਾਂ ਜਿਹੜੀਆਂ ਬਰਫ਼ਾਂ ਦੀਆਂ ਸਿੱਲੀਆਂ ਘਣਾਂ ਦੇ ਨਾਲ ਛਾਤੀਆਂ ਤੇ ਰੱਖ ਰੱਖ ਤੋੜਦੇ ਹੋ, ਇਹ ਕਿਹੜਾ ਸ਼ਸਤਰ ਹੈ ਭਾਈ, ਇਹ ਕਿਹੜੀ ਸ਼ਸਤਰ ਵਿੱਦਿਆ ਦਾ ਅਭਿਆਸ ਹੈ, ਕਿਸ ਰਾਹੇ ਚੱਲ ਪਏ ਆਪਾਂ। ਮਹਾਰਾਜ ਜੀ ਨੇ ਬਚਨ ਕੀਤਾ ਆਯੁਧ ਵਿੱਦਿਆ ਕੋ ਅਭਿਆਸੋ, ਸ਼ਸਤਰ ਵਿੱਦਿਆ ਦਾ ਅਭਿਆਸ ਕਰੋ।